ਜਲੰਧਰ ਦੇ ਮੋਤਾ ਸਿੰਘ ਨਗਰ ਮਾਰਕੀਟ ਵਿਚ 27 ਨਵੰਬਰ ਨੂੰ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਪ੍ਰਧਾਨ ਸ਼ਸ਼ੀ ਸ਼ਰਮਾ ਤੇ ਉਨ੍ਹਾਂ ਦੇ ਬੇਟੇ ਸਾਰਥਕ ਸੰਨੀ ਸ਼ਰਮਾ ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਚੋਂ ਪੁਲਿਸ ਨੇ ਦੋ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਬਿਕਰਮਜੀਤ ਸਿੰਘ ਉਰਫ ਬਾਬਾ ਨਿਹੰਗ ਅਤੇ ਪ੍ਰਦੀਪ ਕੁਮਾਰ ਦੇ ਰੂਪ ਵਿਚ ਹੋਈ ਹੈ। ਇਹ ਦੋਸ਼ੀ ਜਲੰਧਰ ਦੇ ਵਸਨੀਕ ਹਨ। ਇਨ੍ਹਾਂ ਦੇ ਕੋਲੋਂ ਇੱਕ ਦਾਤ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ 9 ਲੋਕਾਂ ਨੇ ਅੰਜਾਮ ਦਿੱਤਾ ਤੇ ਜਦਕਿ ਬਾਕੀ ਦੇ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨਾ ਅਜੇ ਬਾਕੀ ਹੈ। ਡੀਸੀਪੀ ਜਲੰਧਰ ਦੇ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ, 27 ਤਰੀਕ ਨੂੰ ਇੱਕ ਬੱਸ ਸਟੈਂਡ ਦੇ ਲਾਗੇ ਇੱਕ ਕਰੀਬ 2:45 ਤੋਂ ਲੈ ਕੇ 3 ਵਜੇ ਦੇ ਵਿਚਕਾਰ ਇੱਕ ਇੰਸੀਡੈਂਟ ਹੋਇਆ ਸੀਗਾ। ਸ਼ੱਛੀ ਸੀਗੇ ਬੈਠੇ ਆਪਣੇ ਦੁਕਾਨ ਦੇ ਵਿੱਚ, ਉਹਨੂੰ ਕੋਈ 8-9 ਮੁੰਡੇ ਜਾ ਕੇ ਦੁਕਾਨ ਦੇ ਵਿੱਚ ਉਹਨੂੰ ਉੱਥੇ ਉਹਦੀ ਕੁੱਟਮਾਰ ਕੀਤੀ। ਕੁੱਟਮਾਰ ਕਰਕੇ ਉਹ ਬੰਦੇ ਉੱਥੋਂ ਭੱਜ ਗਏ। ਅਸੀਂ ਜਿਹੜੀਆਂ ਆਪਣੀਆਂ ਟੀਮਾਂ ਰਾਈ ਜਿਹੜਾ ਉਹਨਾਂ ਦੇ ਵਿੱਚੋਂ 2 ਬੰਦੇ ਜਿਹੜੇ ਉਹ ਫੜਨ ਦੇ ਵਿੱਚ ਅਸੀਂ ਕਾਮਯਾਬੀ ਹਾਸਲ ਕੀਤੀ ਹੈ। ਉਹਨਾਂ ਨੂੰ ਅਸੀਂ ਜਦੋਂ ਇੰਟੈਰੋਗੇਸ਼ਨ ਕੀਤੀ, ਇੰਟੈਰੋਗੇਸ਼ਨ ਕਰਕੇ ਅਸੀਂ ਬਾਕੀਆਂ ਸਾਥੀਆਂ ਬਾਰੇ ਵੀ ਪਤਾ ਕੀਤਾ, ਤਾਂ ਉੱਥੋਂ ਸਾਨੂੰ ਇਹ ਸਰਟਨ ਹੋਇਆ ਕਿ ਇਹਨਾਂ ਦੇ ਜਿਹੜੇ ਟੋਟਲ ਜਿਹੜੇ ਅਕਿਊਜ਼ਡ ਸੀਗੇ ਜਿਨ੍ਹਾਂ ਨੇ ਇਸ ਇੰਸੀਡੈਂਟ ਨੂੰ ਜਿਹੜਾ ਅੰਜਾਮ ਦਿੱਤਾ ਉਹ ਕਰੀਬ 9 ਸੀਗੇ, ਅਤੇ ਉਹਨਾਂ ਦੇ ਪਿੱਛੇ ਵੀ ਅਸੀਂ ਲੱਗੇ ਹੋਏ ਹਾਂ। ਵੀ ਜਲਦੀ ਆ ਵੀ ਉਹਨਾਂ ਨੂੰ ਆਸ ਹੈ ਵੀ ਆਪਾਂ ਜਲਦੀ ਹੀ ਉਹਨਾਂ ਨੂੰ ਫੜ ਲਾਂਗੇ, ਸਾਨੂੰ 9 ਦੇ 9 ਹੀ। ਇਹਨਾਂ ਨੂੰ ਕੱਲ੍ਹ ਸਾਨੂੰ ਸਪੈਸੀਫਿਕ ਇਨਫੋਰਮੇਸ਼ਨ ਮਿਲੀ ਸੀਗੀ ਵੀ ਇੱਧਰ ਇਸ ਏਰੀਏ 'ਚ ਨੇ, ਰਾਮਾ ਮੰਡੀ। ਉਹ SHO 6 ਨੇ, ਇੰਸਪੈਕਟਰ ਓਂਕਾਰ ਸਿੰਘ ਨੇ ਇਹਨਾਂ ਨੂੰ ਜਾ ਕੇ ਅਰੈਸਟ ਕਰ ਲਿਆ ਸੀ। ਉੱਥੇ ਇਹਨਾਂ ਕੋਲ ਇੱਕ ਬਿਕਰਮਜੀਤ ਸਿੰਘ, ਇੱਕ ਦਾਤਰ ਹੋਇਆ ਇਹਦੇ ਬਰਾਮਦ। ਯਾਰ ਕਾਰਨ ਵੇਖੋ, ਇਹਨਾਂ ਕੋਲ ਜਿਹੜਾ ਇਹਨਾਂ ਨੂੰ ਜਿਹੜਾ ਜ਼ਿਆਦਾ ਨਹੀਂ ਮੋਟਿਵ ਦਾ ਪਤਾ, ਇਹ ਤਾਂ ਸਿਰਫ ਉਹਦੇ ਇੱਕ ਸਾਥੀ ਹੋਣ ਦੇ ਨਾਤੇ ਉਹਦੇ ਨਾਲ ਚੱਲ ਗਏ, ਲੇਕਿਨ ਥੋੜ੍ਹਾ ਜਿਹਾ ਇਹਨਾਂ ਨੂੰ ਉਹਨੇ ਇਹਨਾਂ ਦੱਸਿਆ ਸੀਗਾ ਵੀ ਮੇਰੇ ਇੱਕ ਤਾਂ ਜਿਹੜੇ ਮੇਰੇ ਖਿਲਾਫ਼ ਜਿਹੜੇ ਕੇਸ ਸੀਗੇ ਉਹਦੀ ਇਹ ਪੈਰਵਾਈ ਕਰਦਾ ਸੀਗਾ, ਦੂਸਰਾ ਇਹ ਸੀਗਾ ਵੀ ਜਿਹੜਾ ਕੋਈ ਬਿਜ਼ਨਸ ਜਿਹੜਾ ਕੋਈ ਉਹਦਾ ਬਿਜ਼ਨਸ ਦਾ ਕੋਈ ਪਾਰਟਨਰਸ਼ਿਪ ਕੋਈ ਬਿਜ਼ਨਸ ਦਾ ਰੌਲਾ ਸੀਗਾ ਇਹਦਾ ਜਿਹੜਾ। ਹੁਣ ਕੀ ਬਿਜ਼ਨਸ ਸੀਗਾ ਇਹ, ਜਿੰਨੀ ਦੇਰ ਤੱਕ ਉਹ ਮਿਲਦਾ ਨਹੀਂ ਉਨੀ ਦੇਰ ਤੱਕ ਆਪਾਂ ਕਲੀਅਰ ਨਹੀਂ ਕਰ ਪਾਉਂਦੇ ਵੀ ਬਿਜ਼ਨਸ ਕਾਹਦਾ ਸੀਗਾ ਇਹਦਾ, ਲੇਕਿਨ ਗੱਲ ਜ਼ਰੂਰ ਸੀਗੀ ਕੋਈ ਨਾ ਕੋਈ ਵਿੱਚ। ਦੇਖੋ ਕੰਪਰੋਮਾਈਜ਼ ਵਾਲਾ ਜਿਹੜਾ ਹਾਲ ਦੀ ਕੜੀ ਉੱਧਰ ਕੋਈ ਨਹੀਂ ਗਈ ਜਾਂਦੀ ਜਿਹੜੀ ਆਪਣੀ ਲਾਈਨ ਆਫ ਇਨਵੈਸਟੀਗੇਸ਼ਨ, ਲੇਕਿਨ ਆਪਾਂ ਜਿਹੜਾ ਉਹ ਕੰਪਰੋਮਾਈਜ਼ ਹੋਇਆ ਸੀ ਉਹ ਵੀ ਬੰਦਾ ਨੈਕਸਟ ਡੇ ਆ ਕੇ ਜਿਹੜਾ ਕੰਪਲੇਂਟ ਕਰ ਗਿਆ ਉਹ ਵੀ ਅਸੀਂ ਜਿਹੜੀ ਦੈਟ ਇਜ਼ ਅੰਡਰ ਪ੍ਰੋਸੈਸ। ਦੇਖੋ ਸੁਪਾਰੀ ਦਾ ਜਿਹੜਾ ਨਾ, ਜਿੰਨੀ ਦੇਰ ਤੱਕ ਸਾਰੇ ਬੰਦੇ ਫੜੇ ਨਹੀਂ ਜਾਂਦੇ ਨਾ ਉਨੀ ਦੇਰ ਤੱਕ ਆਪਾਂ ਕਲੀਅਰ ਨਹੀਂ ਕਰ ਪਾਵਾਂਗੇ। ਜਦੋਂ ਵੀ ਆਪਾਂ ਨੂੰ ਦਲਬੀਰਾ ਫੜ ਲਿਆ ਆਪਾਂ ਤੁਹਾਨੂੰ ਉਸੇ ਟਾਈਮ ਹੀ ਜਿਹੜੀ ਪ੍ਰੈਸ ਰਿਲੀਜ਼ ਦੇ ਦਾਂਗੇ। ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ? ਬੈਕਗ੍ਰਾਉਂਡ ਇਹਨਾਂ ਦੇ ਵਿੱਚ 4-5 ਹੋ, ਜਿਹਨਾਂ ਦੇ ਖਿਲਾਫ਼ ਦਲਬੀਰੇ ਦੇ ਖਿਲਾਫ਼ ਹੀ ਜਿਹੜੇ 8 ਮੁਕੱਦਮੇ ਦਰਜ ਹੈ, ਰਣਜੀਤ ਦੇ ਖਿਲਾਫ਼ 3 ਨੇ, ਵਿਕਰਮ ਦੇ ਖਿਲਾਫ਼ 1-1 ਮੁਕੱਦਮਾ, ਸਾਰਿਆਂ ਦੇ ਖਿਲਾਫ਼ 2-2 3-3 ਮੁਕੱਦਮੇ ਦਰਜ ਨੇ।